ਪਟਵਾਰੀ ਦੀਆਂ ਬਹੁਤ ਕੰਪਲੇਂਟਸ ਆ ਰਹੀਆਂ ਸੀ ਜੀ, ਉਹਦੇ ਸਾਹਮਣੇ ਹੀ ਆ ਕੇ ਲੋਕਾਂ ਨੇ ਕਿਹਾ ਕਿ ਕਾਫੀ ਦੇਰ ਤੋਂ ਇਹਨਾਂ ਨੂੰ ਇੰਤਕਾਲ ਦੇਣ ਲਈ ਦਿੱਤੇ ਗਏ ਸੀ, ਨਾ ਤਾਂ ਉਹ ਇੰਤਕਾਲ ਕੀਤੇ ਸੀ, ਨਾ ਪਟਵਾਰੀ ਸਾਹਿਬ ਫੋਨ ਚੱਕਦੇ ਸੀ ਤੇ ਨਾ ਦਫ਼ਤਰ 'ਚ ਆਪਣੇ ਬਹਿੰਦੇ ਸੀ, ਤੇ ਇਹਨੂੰ ਦੇਖਦੇ ਹੋਏ ਅਸੀਂ ਤੁਰੰਤ ਉਸ ਪਟਵਾਰੀ ਨੂੰ ਬਦਲ ਦਿੱਤਾ ਗਿਆ, ਉਹਨੂੰ ਆਪਣੇ ਡੀਸੀ ਆਫਿਸ ਮੇ ਲਗਾ ਲਿਆ ਤੇ ਉੱਥੇ ਹੋਰ ਪਟਵਾਰੀ। ਮੈਮ ਇੱਕ ਉਹਦੇ 'ਚ ਤੁਸੀਂ ਗੱਲ ਵੀ ਕਹਿ ਰਹੇ ਹੋ ਕਿ ਤੁਸੀਂ ਪਟਵਾਰੀ ਦੇ ਕਾਬਲ ਨਹੀਂ ਹੋ, ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨੀਆਂ ਕੁ ਸ਼ਿਕਾਇਤਾਂ ਸੀਗੀਆਂ? ਦੇਖੋ ਸਰਕਾਰ ਨੂੰ ਜੇ ਸਰਕਾਰੀ ਕਿਸੇ ਨੂੰ ਨੌਕਰੀ ਮਿਲੀ ਹੈ ਤੇ ਆਪਣੀ ਨੌਕਰੀ ਤਾਂ ਉਹਨਾਂ ਨੂੰ ਤਨਦੇਹੀ ਨਾਲ ਕਰਨੀ ਚਾਹੀਦੀ ਹੈ। ਨਾ ਤਾਂ ਉਹ ਦਫ਼ਤਰ ਬਹਿੰਦੇ ਸੀ, ਨਾ ਉਹ ਕਿਸੇ ਦਾ ਫੋਨ ਚੱਕਦੇ ਸੀ ਤੇ ਨਾ ਉਹ ਇੰਤਕਾਲ ਕਰਦੇ ਸੀ, ਫਿਰ ਪਟਵਾਰੀ ਦਾ ਕੰਮ ਹੋਰ ਕੀ ਹੁੰਦਾ ਜੀ? ਇਸੇ ਕਰਕੇ ਮੈਂ ਉਹਨਾਂ ਨੂੰ ਕਿਹਾ ਤੇ ਜਿੰਨੇ ਵੀ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਸ਼ਿਕਾਇਤ ਦਿੱਤੀ ਉਸ ਟਾਈਮ ਉਹਨਾਂ ਕੋਲ ਕਿਸੇ ਦਾ ਵੀ ਜਵਾਬ ਨਹੀਂ ਸੀ। ਹੁਣ ਐਕਸ਼ਨ ਕੀ ਲਿਆ ਗਿਆ? ਉਹਦੇ ਹਾਲੇ ਫਿਲਹਾਲ ਤਾਂ ਅਸੀਂ ਬਦਲੀ ਕਰਤੀ ਉਸ ਪਟਵਾਰੀ ਦੀ, ਉੱਥੋਂ ਬਦਲੀ ਦਾ ਜੀ। ਮਤਲਬ ਕਿ ਹੁਣ ਤੁਹਾਡੇ ਆਪਣੇ ਤੁਹਾਡੇ ਦਫ਼ਤਰ ਬੈਠੇ ਡੀਸੀ ਰੈਜ਼? ਹਾਂ, ਡੀਸੀ ਆਫਿਸ ਵਿੱਚ ਬੈਠੇ। ਮੈਡਮ ਮੁੱਟੇ ਰੱਖੇ ਹੋਏ ਨੇ ਜੀ, ਆਪ ਨਹੀਂ ਕੰਮ ਕਰਦੇ? ਨਹੀਂ ਮੈਮ, ਪਤਾ ਕੀ ਇਹਦੇ ਵਿੱਚ ਜਲਾਲਾਬਾਦ ਦਾ ਸਰਕਲ ਇੱਕ ਬਹੁਤ ਜ਼ਿਆਦਾ ਹੈਵੀ ਹੈ, ਬਹੁਤ ਜ਼ਿਆਦਾ। ਨਹੀਂ ਮੈਮ, ਜਿੰਨਾ ਪੋਸੀਬਲ ਹੁੰਦਾ, ਨਹੀਂ ਮੈਮ ਜਿੰਨਾ ਪੋਸੀਬਿਲਿਟੀ ਹੈਗੀ ਹੈ, ਕਿਉਂਕਿ ਇਹਦੇ ਚੈੱਕ ਤਾਂ ਟੈਕਸ ਐਂਟਰੀਆਂ ਦੀ ਬਹੁਤ ਜ਼ਿਆਦਾ ਦਿੱਕਤ ਹੈ, ਜਿਹਦੇ ਕਰਕੇ ਕਈ ਸਮਾਂ ਇੰਤਕਾਲ ਨਹੀਂ ਐਂਟਰੀਆਂ ਨਹੀਂ ਪੈਂਦੀਆਂ ਉਹਨਾਂ ਦੀਆਂ। ਸਾਡੇ ਲੋਕ ਆਉਂਦੇ ਜੀ, ਦੱਸਦੇ ਆ ਜੀ, ਲੇਕਿਨ ਇਹਨਾਂ ਨੂੰ ਫੋਨ ਜਦੋਂ ਕਰੀਦਾ ਉਸ ਤੋਂ ਬਾਅਦ ਵੀ ਨਹੀਂ ਕੋਈ, ਫਿਰ ਵੀ ਖੱਜਲ ਖੁਆਰੀ, ਜੇ ਤਾਂ 5000 ਦੇ ਤਾ ਜੀ ਤਾਂ ਹੋ ਗਿਆ ਜੀ। ਮੈਂ ਵੀ ਤਾਂ ਇਹਨਾਂ ਨੂੰ ਕੰਮ ਲੱਗਾ ਦਿਆਂਗਾ ਜੀ। ਇਹਨਾਂ ਨੰਬਰ ਹਮੇਸ਼ਾ ਸਵਿਚ ਆਫ ਹੁੰਦਾ ਜੀ। ਪਰ 10 ਬਾਅਦ ਚਲੋ 10000 ਰੁਪਏ ਹੈਗਾ ਜੀ, 20000 ਰੁਪਏ ਕੰਮ ਨਹੀਂ ਦਿਆਂਗਾ, ਪਾਰਟੀ ਨੂੰ ਦਿਆਂਗਾ ਜੀ। ਇਹਨਾਂ ਨੇ ਅੱਗੇ ਬੰਦੇ ਹੋਰ ਰੱਖੇ, ਇਹਨਾਂ ਦੇ ਨਾ ਬੰਦੇ ਹੋਰ ਰੱਖੇ ਜੀ, ਆਪ ਤਾਂ ਬੈਠਦੇ ਨਹੀਂ, ਲਿਖ ਕੇ ਦੋ ਦੇ ਦੇ ਲਿਖ ਦੇ ਨਹੀਂ। ਹੁਣ 10 ਦਿਨ ਪਹਿਲਾਂ ਅਸੀਂ ਵੀ ਕੋਈ ਕੰਮ ਸੀ, ਫੋਨ ਕੀਤਾ ਸੀ ਇਹਨਾਂ ਦਾ, ਸਵਿਚ ਆਫ ਹੀ ਹੋਣਾ, ਜੇ ਬੈਲ ਜਾਂਦੀ ਤਾਂ ਚੱਕਦੇ ਨਹੀਂ ਜੀ ਫੋਨ। ਦਫ਼ਤਰ ਜੇ ਕਰ ਇੱਥੇ ਜਾਈਏ ਤਹਿਸੀਲ ਦੇ ਵਿੱਚ ਤਾਂ ਕਹਿੰਦੇ ਪਟਵਾਰੀ ਸਾਹਿਬ ਇੱਥੇ ਬੈਠਦੇ ਨਹੀਂ, ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਦਫ਼ਤਰ ਕਿੱਥੇ ਨੇ ਜੀ। ਸਾਈਡ ਤੇ ਬੈਠਦੇ ਨੇ ਜਿੱਥੇ ਪੈਸੇ ਲੈਣੇ ਹੋਣ, ਬੰਦੇ ਬਿਠਾ ਜਿਹੜੇ ਜੀ ਉੱਥੇ ਆਪਾਂ ਹੁਣ ਚੱਲਦੇ ਨੇ ਪਟਵਾਰ ਕਰਨ ਜੇ ਕੋਈ ਪਟਵਾਰੀ ਬੈਠਾ ਹੋਵੇ ਜੀ। ਮੈਡਮ ਜੀ ਆਹ ਦੇਖੋ ਜੀ, 2013-14 ਪਿਛਲੀ ਜਮਾਪਤੀ ਮੇਰੇ ਨਕਲਾਂ ਮਿਲੀਆਂ ਨੇ ਓਕੇ ਨੇ, ਨਵੀਂ ਵਿੱਚ ਆ ਕੇ ਕਹਿੰਦੇ ਜੀ ਉਹ ਮਿਸ ਹੋ ਗਈ ਪਿਛਲੇ ਪਟਵਾਰੀ, ਕਹਿੰਦੇ ਕਾਰਵਾਈ ਕਰੋ ਜਿਹੜਾ ਮਿਸ ਕਰ ਗਿਆ, ਇਹਨੇ ਮੇਰੇ ਮਤਲਬ ਦਾ ਜਾਣਾ ਕੇਸ ਨੇ ਜਲਾਲਾਬਾਦ ਤੇ ਜਿਹਨਾਂ ਤੇ ਮਿਸ ਹੋਏ ਨਵੇਂ ਇੰਤਕਾਲ ਦੇ ਨਵੇਂ ਜਵਾਬ ਨਾ ਹੀ ਨਹੀਂ ਆ ਰਹੀ।